बिस्मिल्लाहिर्रहमानिर्रहीम। अस्सलाम वालेकुम व्यूअर, उम्मीद करन तो तुसा सारे ठीक हो। सो मेरा नाम है मोहम्मद अब्बास। ते व्यूअर्स मेरा नाम है मोहम्मद उस्मान। तो सारे जे पावे सारे YouTube चैनल डॉक्टर ब्रदर्स व्लॉग। व्यूअर तुसा देख सकदे हो ऐसा ना आज ना एक नवी लोकेशन दे खणया। तुसा देख सकदे हो बैकग्राउंड जो है ना खूबसूरत बगात इर पे। असन व्यूअर्स खड़े हैं मुजफ्फर गढ़ दे ना बिल्कुल नाल दरियाए चनाब दे बिल्कुल किनारे दे खणया। तुसा देख सकदे हो ए ट्रैफिक बिल्कुल रवा दमे पे तो दिखाए पे ने पर पुरानी पुल भी खड़ी है ਜਿਹੜੀ ਤੁਹਾਨੂੰ ਨਜ਼ਰ ਆਉਂਦੀ ਪਈ ਹੈ ਇਹ ਲੈ ਆ। ਅਤੇ ਵੀ ਵਾਰ ਬਹੁਤ ਹੀ ਮਜ਼ੇਦਾਰ ਦੇ ਇੱਥੇ ਰਾਜ ਦਾ ਵਿਲੋਗ ਬਣਨ ਨਾਲ ਹੈ ਕਿਉਂਕਿ ਕਾਫੀ ਸਾਰੇ ਦੋਸਤਾਂ ਦੇ ਨਾ ਕਮੈਂਟ ਆਏ ਪੈਣ ਕਿ ਯਾਰ ਤੁਸੀਂ ਨਾ ਗਾਉਂ ਦਾ ਬਣਿਆ ਉਹਨਾਂ ਦੇ ਤੁਸੀਂ ਕਿਆ ਫੇਮਸ ਜਗ੍ਹਾ ਤੇ ਵਾਂਜੋ। ਇਸ ਵਜ੍ਹਾ ਨਾਲ ਅਬਾਸ ਭਾਈ ਅਤੇ ਮੈਂ ਤਾਂ ਸਫ਼ਰ ਕੀਤਾ ਹੈ। ਅਸਾਂ ਅੱਗੇ ਚੱਲਦੇ ਹਾਂ ਚਨਾਬ ਪਾਰਕ ਦੇ ਆਜ ਦਾ ਵਿਲੋਗ ਚੱਲ ਬਣਿਆ ਨਾ ਵੀ ਵਾਰ ਅਸਾਂ ਨਾ ਪੁੱਲ ਤੈਕਣੇ ਬਿਲਕੁਲ ਅਬਾਸ ਭਾਈ ਔਰ ਤੁਹਾਨੂੰ ਕਹਿ ਦਿੰਦੇ ਅੱਗੇ ਰਾਜ ਦੇ ਕਿਤਨਾ ਪਾਣੀ ਹੈ ਵਾ ਮੈਂ ਲੱਗਦਾ ਇੱਥੇ ਨਹਿਰੇ ਪਈ ਮੈਂ ਨਾ ਅਬਾਸ ਭਾਈ ਬਿਲਕੁਲ ਇਹ ਦਰਿਆ ਦੇ ਨਾਲ ਅਟੈਚ ਹੈ ਪਈ ਅਤੇ ਦਰਮਿਆਨ ਪਾਣੀ ਕਹਿ ਨਹੀਂ ਤੇ ਅਲਹਿਦਾ ਹੋ ਗਈ ਹੈ ਜੀ ਹਾਂ ਨਹਿਰ ਟਾਈਪ ਬਣ ਗਈ ਜੀ ਹਾਂ। ਵਿਵਾਰ ਹੁਣ ਅਸਾਂ ਖੜਿਆ ਇਹ ਬਿਲਕੁਲ ਇਹ ਪੁੱਲ ਦੇ ਉੱਤੇ ਕਰਦੇ ਤੁਹਾਨੂੰ ਦੇਖ ਸਕਦੇ ਪੁੱਲ ਤੇ ਖੜਿਆ ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਥੱਲੇ ਥੱਲੇ ਚੱਲ ਤੁਹਾਨੂੰ ਆਏ ਦਾ ਮਜ਼ੇਦਾਰ ਵੀ ਲੋਕ ਬਣਾ ਕੇ ਰੱਖਿਆ ਤਾਂ ਮਾਹੌਲ ਹੀ ਕਹਿਣਾ ਬਹੁਤ ਮਜ਼ਾ ਆਉਣ ਵਾਲਾ ਹੈ। ਕਰ ਲਈਏ ਸਟਾਰਟ ਤੇ ਪਰ ਛੋੜਾ ਜਿਹਾ ਸ਼ਾਰਟ ਕਰ ਰਸਤਾ ਹੈ ਵੀ ਥੱਲੇ ਵੱਜਣ ਦਾ ਤੁਹਾਨੂੰ ਹੁਣ ਲੈ ਚੱਲਦੇ ਹਾਂ ਥੱਲੇ ਇਨਸ਼ਾਅੱਲਾ ਤੁਹਾਨੂੰ ਅੱਜ ਬਹੁਤ ਮਜ਼ਾ ਆਉਂਦੇ ਬਹੁਤ। ਦੇਖੋ ਵੀ ਉਮਰ ਹੁਣ ਉਸਮਾਨ ਭਾਈ ਮੋਟਰਸਾਈਕਲ ਚਲਾਉਂਦੇ ਪੈਣ ਤੇ ਮੈਂ ਪਿੱਛੋਂ ਕੈਮਰਾ ਫਸ ਬੈਠਾ ਤੇ ਹੁਣ ਇਹ ਜਾ ਜਿਸ ਤਰ੍ਹਾਂ ਅਸਾਂ ਲਾਸਟ ਨੂੰ ਚੱਲੇ ਜੀ ਕਾਰਡ ਬਣੀ ਹੈ ਭਾਈ ਹਾਂ ਇਹ ਆਲੇ ਆਪ ਕਰ ਲਾਂਗੇ ਇਸ ਤਰ੍ਹਾਂ ਇਹ ਬੋਲੇ ਭਾਈ ਇੱਥੇ ਹੁਣ ਉਸਮਾਨ ਭਾਈ ਥੱਲੇ ਲੈਂਦੇ ਪੈਣ ਮੋਟਰ ਇਹ ਵਾਰ ਦੇਖ ਲਓ ਜੀ ਤੇ ਏ ਖਤਰਨਾਕ ਰਸਤਾ ਹੈ ਵੀ ਆ ਵੀ ਵਾਰ ਮੇਰੇ ਖਿਆਲ ਕਰ ਕਿਆ ਅੱਲਾ 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 जिले कोई सिला वगैरह आंदा बागात पे जिथे बागात अंदर वाई गुड़ी हुई है सारी तबाह हो जाती है। थले लै चलने देख लो कितना खतरनाक रस्ता है ए, समझो भी ओवर अस दरिया के अंदर आए वजे हैं इतना कुछ भी नाराज करे अपने इंशाल्लाह हुण लाइक ते सब्सक्राइब जरूर दे सन क्योंकि आप बड़े मुश्किल नाल तले ले आए हैं। हां ए साइड तरीका हां अभी बार देख ले बगा दे बैठ जी जी बिल्कुल पीटर नहीं जानो भाई और ताले ओ पट्टी खाने आप क्या बात है जी कमाल का वो तो एक खंभा ही दिखावे मेरा बिल्कुल ए दिखा दे पहलवान पुल के थले आ गए तुम थले नजारा दिखाते पे ਦੇ ਪੈ ਵੇ ਟ੍ਰੇਨ ਦੀ ਪਟੜੀ ਹੈ ਭਾਈ ਬਾ ਮੇਰੇ ਖਿਆਲ ਟ੍ਰੇਨ ਹੀ ਆਉਣ ਵਾਲੀ ਟਾਈਮ ਤੇ ਹੋ ਗਈ ਹੈ ਟ੍ਰੇਨ ਦਾ ਕੀ ਆ ਪਤਾ ਅੱਲਾ ਖੈਰ ਕਰੇ ਆ ਵਜੇ ਨਾ ਟ੍ਰੇਨ ਮਜ਼ਾ ਆਵੇ ਦੀ ਤੋਂ ਬਾਲਾ ਹੋਇਆ ਸੀ ਨਾ ਹਾਂ ਬਿਲਕੁਲ ਚੱਲ 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 ਇਹਨੇ ਦੇਖੋ ਵਿਊਅਰ ਬੜਾ ਕਹਿ ਰਿਹਾ ਪਾਣੀ ਚੈੱਕ ਕਰ ਯਾਰ ਬੜਾ ਖਤਰਨਾਕ ਯਾਰ ਮੈਂ ਤੇ ਬੜਾ ਡਰ ਲੱਗਦਾ ਵੀ ਆ ਯਾਰ ਚੱਲ इतना खूबसूरत मंजर मैं यार जिंदगी इतनी टागे चनाब ते आए हुए हैं थोड़ा जा बात इतना पानी थोड़ा जहां बात इतना इतना आओ।
ਹੁਣ ਵੀ ਦਿਖਾ ਵੀ ਵਾ ਤੁਸੀਂ ਦੇਖ ਸਕਦੇ ਜਿੱਥੇ ਸਾਰੀ ਨਜ਼ਰ ਰਹਿੰਦੀ ਪਈ ਹੈ ਪਾਣੀ ਹੈ ਪਿਆ ਅੱਜ ਤਾਂ ਸਪੀਡ ਹੀ ਕਾਫੀ ਹੈ ਪਾਣੀ ਯਾਰ ਬਰ ਪਾਣੀ ਪਾਣੀ ਹੈ ਯਾਰ ਕਸਮ ਨਾਲ ਮੇਰਾ ਤੇ ਦਿਲ ਕੰਬਦਾ ਕਿਹੜਾ ਯਾਰ ਚਲ ਲੈ ਆ ਤੇ ਇਸ ਤਰਫ ਦਿਖਾ ਨਾ ਯਾਰ ਵੀਵਰ ਨੂੰ ਵੀਵਰ ਇਹ ਤੁਸੀਂ ਦੇਖ ਸਕਦੇ ਯਾਰ ਇਹ ਫਸਲਾਂ ਚੈੱਕ ਕਰੋ ਯਾਰ ਕੀ ਇਹ ਦੇਖੋ ਵੀਵਰ ਇਹ ਸਾਡੇ ਨਾਲ ਬਿਲਕੁਲ ਪਾਣੀ ਹੈ ਬੜੀ ਸਪੀਡ ਨਾਲ ਵਹਿੰਦਾ ਪਈ ਹੈ ਤੇ ਸਾਡੇ ਨਾਲ ਬਿਲਕੁਲ ਫਸਲ ਲੈਣ ਪਈ ਹੈ ਡਿੱਡੇ ਦੇ ਪੈ ਤੇ ਵੀਵਰ ਹੁਣ ਤੁਹਾਨੂੰ ਲੈ ਚੱਲਦੇ ਹਾਂ ਅੱਗਾਂ ਕਿਵੇਂ ਚੱਲਦੇ ਨਾ ਤੁਹਾਨੂੰ ਹੋਰ ਹੀ ਕਹਿੰਦੇ ਆ ਫਸਲਾਂ ਨਹੀਂ ਕਹਿੰਦੇ ਆ ਕਿ ਫਸਲਾਂ ਵੀ ਕੁਛ ਮਤਲਬ ਫਸਲਾਂ ਦੇ ਪਾਣੀ ਝੜ ਗਿਆ ਮਤਲਬ ਜਿਵੇਂ ਸਿਲਾਬ ਦੀ ਸੂਰਤ ਹਾਲ ਨਹੀਂ ਆਉਂਦੀ ਉਹ ਵਾਲਾ ਮੰਜ਼ਰ ਇਹ ਪਿਆ ਵੀ ਵਾਰ ਤੁਹਾਨੂੰ ਲੈ ਚੱਲਦੇ ਹਾਂ ਚੱਲ ਤੁਹਾਨੂੰ ਫਸਲਾਂ ਨਹੀਂ ਕਹਿੰਦੇ ਆ ਜਿਹੜੀ ਆ ਰੁਪਈਆ ਤੇ ਉਸ ਤੋਂ ਇਲਾਵਾ ਇਹ ਦੇਖੋ ਇਹ ਖੰਭਾ ਛਾਂ ਛਾਂ ਗੱਤੀ ਜਿਹੜਾ ਮੇਰਾ ਤਾਂ ਯਾਰ ਦਿਲ ਕਮਾਈ ਚੜ੍ਹਾ ਕਿ ਇਤਨਾ ਪਾਣੀ ਜ਼ਿੰਦਗੀ ਡਿੱਠਾ ਗਿਆ ਨਹੀਂ ਤੇ ਦੂਜਾ ਦੇਖ ਲਾ ਇਤਨਾ ਪਾਣੀ ਦੇ ਵੀ ਯਾਰ ਤੇ ਬਾਕੀ ਵੀ ਵਾਰ ਤੇ ਸਾਹਮਣੇ ਖੜੀ ਹੈ ਨਜ਼ਰ ਆ ਗਈ ਹੈ ਬੜੇ ਮੋਟਰਸਾਈਕਲ ਖੜਾ ਕੋਈ ਭੀੜ ਵੰਜੇ ਵਾਈ ਸਹੀ ਰੁਕ ਨਜ਼ਰ ਆਉਂਦੀ ਨਹੀਂ ਪਈ ਇਸ ਕਮਾਨ ਦੀ ਫਸਲ ਇਹ ਕਮਾਨ ਦੀ ਫਸਲ ਇਹ ਪਈ ਤੇ ਬਗਾਤ ਵੀ ਹੈ ਪੈ ਵੀ ਵਰ ਤੇ ਚੁੱਤ ਤਾਂ ਉਹ ਅੰਬਾਂ ਦੇ ਤੁਹਾਨੂੰ ਬਗਾਤ ਨਜ਼ਰ ਆਉਂਦੇ ਪੈ ਮਤਲਬ ਕਿ ਇੰਤਹਾਈ ਖੁਸ਼ਗਵਾਰ ਸਾਰਾ ਮੂਡ ਬਣ ਗਿਆ ਯਾਰ ਮੈਂ ਤਾਂ ਬਹੁਤ ਮਜ਼ਾ ਆ ਗਿਆ ਕਿ ਮੈਂ ਤੁਹਾਨੂੰ ਮਜ਼ਾ ਆ ਬਿਲਕੁਲ ਯਾਰ ਫੁੱਲ ਮਜ਼ਾ ਆਉਂਦਾ ਵੀ ਇੰਜੋਇਮੈਂਟ ਕਰਦੇ ਪਏ ਫੁੱਲ ਬਾਕੀ ਵੀ ਬਰਾਂ ਨਾ ਥੋੜਾ ਜਿਹਾ ਜ਼ੂਮ ਕਰ ਥੋੜਾ ਜਿਹਾ ਦਿਖਾਓ ਨਾ ਮਾਹੌਲ ਉੱਤੇ ਚੱਲਦੇ ਹਾਂ ਉੱਤੋਂ ਮਾਹੌਲ ਲਿਖਿਆ ਨਹੀਂ ਵਾਰ ਦੱਸਣਾ ਚੱਲਦੇ ਹਾਂ ਉੱਤੋਂ ਚੱਲ ਤੁਹਾਨੂੰ ਵੀ ਉਹ ਲਿਖਣਾ ਪਾ ਕੇ ਇੱਕ ਦਵਾ ਘੁਮਾਓ ਚੱਲ ਵੀ ਵਾਰ ਜਿੱਥੇ ਤੁਹਾਡੀ ਨਜ਼ਰ ਰਹਿੰਦੀ ਪਈ ਹੈ ਨਾ ਸਾਰੀ ਨਜ਼ਰ ਰਹਿੰਦੀ ਪਈ ਹੈ ਜੱਕਾ ਪਾਣੀ ਹੈ ਪਿਆ ਇੱਥੇ ਗਿਰ ਪਰ ਵੀ ਤੁਸੀਂ ਦੇਖ ਸਕਦੇ ਜਿਵੇਂ ਤਿਲਾ ਦੀ ਸੂਰਤ ਹਾਲ ਆਉਂਦੀ ਹੈ ਯਕੀਨ ਹੋਣਾ ਮੈਂ ਜ਼ਿੰਦਗੀ ਚ ਇਤਨਾ ਪਾਣੀ ਨਹੀਂ ਦਿੱਤਾ ਲੇਕਿਨ ਯਾਰ ਚਲ ਹੁਣ ਤਾਂ ਦੇਖ ਲਿਆ ਵੇ ਚਲ ਵੀ ਵਾਰ ਹੁਣ ਅਸਾਂ ਦਰਿਆ ਦੀ ਸਾਈਡ ਤੇ ਆਖਣਾ ਜਿੱਥੇ ਨਾ ਕਸ਼ਤੀ ਹੈ ਪਿੱਛੋਂ ਫਿਰ ਭਾਈ ਨਾ ਮੋਟਰਸਾਈਕਲ ਲੜੀ ਦੇਖਣੇ ਉੱਤੇ ਗਿਰ ਹੁਣ ਵਹਿਨੇ ਆ ਚੜਦੇ ਆ ਝੱਟ ਝੂਟੇ ਵਗੈਰਾ ਖਾਣੇ ਪਰ ਮੇਰੇ ਚਾਚੂ ਜਾਨ ਵੀ ਆਉਂਦੇ ਪੈਣ ਆਓ ਜੀ ਆਓ ਤੁਸੀਂ ਦਿਹਾਤ ਦੇ ਪਿੱਛੇ ਵੀ ਵਾਰ ਤੁਹਾਡੇ ਵਾਸਤੇ ਅਸਾਂ ਇੱਥੇ ਕਿ ਇਤਨਾ ਸਫ਼ਰ ਕੀਤਾ ਹੈ ਅਸਾਂ ਆ ਕੇ ਬਈ ਦਿਹਾਤੀ ਮਾਹੌਲ ਲਿਖਾਓ ਬਈ ਕਿਵੇਂ ਸਿਸਟਮ ਬਣਦਾ ਪਈ ਹੈ ਅਸਾਂ ਬੜਾ ਸਫ਼ਰ ਤੈਅ ਕਰਤੀ ਇੱਥੇ ਪਹੁੰਚੇ ਹਾਂ ਤੇ ਹੁਣ ਇਹ ਅਸਾਂ ਕਸ਼ਤੀ ਦੇ ਚੜਦੇ ਪਏ ਹਾਂ ਤੇ ਇਹ ਦੇਖੋ ਵੀ ਵਾਰ ਅਸਾਂ ਝੜ ਗਏ ਕਸ਼ਤੀ ਤੇ ਇਹ ਭਾਈ ਜਾਨ ਹੋਰੀ ਹੁਣ ਕਸ਼ਤੀ ਨੂੰ ਲੈਂਦੇ ਪਏ ਮਿਹਨਤ ਚੈੱਕ ਰਹਿ ਕੇ ਕਿਸ ਤਰੀਕੇ ਕਸ਼ਤੀ ਨੂੰ ਉੱਪਰਲੀ ਸਾਈਡ ਤੇ ਲੈ ਵੈਸੇ ਬਾਅਦ ਇਹ ਉਰਲੀ ਸਾਈਡ ਤੇ ਵੀ ਸਾਨੂੰ ਛੋੜਨ ਵਾਸਤੇ ਆ ਤੇ ਚਾਚੂ ਜਾਨ ਹੋਰੀ ਹੁਣ ਥੱਲੇ ਬਹਿ ਗਏ ਚਲੋ ਬਾਈ ਤੁਸੀਂ ਦੇਖ ਸਕਦੇ ਹੋ ਭਾਈ ਜਾਨਵਰ ਨਾ ਇੱਕ ਬਾਂਸ ਰੱਖਿਆ ਹੋਇਆ ਵੱਡਾ ਸਾਰਾ ਉਸੇ ਦੇ ਨਾਲ ਤਰ ਦੇ ਦੇ ਤੇ ਨਾ ਬਸ ਕਸ਼ਤੀ ਨੂੰ ਥੋੜ੍ਹਾ ਜਿਹਾ ਅੱਗੇ ਲਈ ਜਾਂਦੇ ਤੁਹਾਨੂੰ ਇਹ ਸਾਈਡ ਤੋਂ ਮੈਂ ਦੇਖਣਾ ਕਿ ਅਸਾਂ ਪਰਲੀ ਸਾਈਡ ਦੇ ਨਾ ਨਜ਼ਦੀਕ ਆਉਂਦੇ ਪਏ ਇਹ ਦੇਖ ਲਵੋ ਉਸ ਪਰਲੀ ਚੌਂਡ ਦੇ ਵੀ ਵਰਤ ਮਾਣਾ ਦੇਖੋ ਜੀ ਬੈਠੇ ਇੰਜੋਏ ਕਰੇ ਬੈਠਣਾ ਹਾਂ ਬਸ ਕਿਵੇਂ ਮਜ਼ਾ ਆਉਂਦਾ ਪਿਆ ਕੋਈ ਨਾ ਚੱਜ ਜਾਨ ਦੱਸੋ ਕਿ ਪੁਰਬਾ ਦੇਖੋ ਇਹ ਨਾ ਕਸ਼ਤੀ ਅੱਗਾਂ ਅੱਗਾਂ ਵਹਿੰਦੀ ਪਈ ਹੈ ਇਹ ਦੇਖੋ ਇਹ ਮੋਟਰਸਾਈਕਲ ਵੀ ਉੱਤੇ ਲੱਡਾ ਹੋਇਆ ਸ਼ਾਮ ਦਾ ਵਕਤ ਹੈ ਤੁਸੀਂ ਦੇਖ ਸਕਦੇ ਸੂਰਜ ਵੀ ਗਰੂਬ ਹੋ ਗਿਆ ਹੁਣ ਇਹ ਭਾਈ ਜਾਨ ਹੋ ਰਹੀ ਇਨਹਾ ਦੀ ਜਿਤਨਾ ਸ਼ੁਕਰ ਅਦਾ ਕੀਤਾ ਮੈਨੂੰ ਉਤਨਾ ਘੱਟ ਹੀ ਪਿਆ ਕਿਉਂਕਿ ਵਹਿੰਦੇ ਪੈਣ ਸਾਨੂੰ ਸਪੈਸ਼ਲ ਝੂਟੇ ਦੀ ਮਾਵਾਂ ਵਾਸਤੇ ਆਪਾਂ ਭਾਈ ਦਾ ਭਾਵਾਂ ਦਾ ਸਟਾਇਲ ਚੈੱਕ ਕਰੋ ਹਾਂ ਅੱਗਾਂ ਹੋਏ ਵਾਰ ਤੱਕ ਦੇਖ ਸਕਦੇ ਤੁਹਾਨੂੰ ਜ਼ੂਮ ਕਰਦੇ ਮੈਂ ਦਿਖਾਣਾ ਪਈ ਦੇਖੋ ਇਹ ਬੱਕਰੀਆਂ ਖੜੀਆਂ ਇਹਨਾਂ ਨੂੰ ਲੱਦ ਤੇ ਆਉਣਾ ਜਾਂ ਉਥਾਈ ਨਹੀਂ ਉਥਾਈ ਖੜੀਆਂ ਰਾਤਨ ਅੱਛਾ ਅੱਛਾ ਠੀਕ ਹੈ ਇਹ ਦੇਖੋ ਵੀ ਵਾਰ ਦੇ ਆਸਤੇ ਆਸਤੇ ਨਾ ਅਸਾਂ ਉਹ ਮੰਡੇਰ ਦੇ ਬਿਲਕੁਲ ਕਰੀਬ ਆਉਂਦੇ ਪੈਣੇ ਆ ਅਤੇ ਤੁਹਾਨੂੰ ਇਹ ਪਾਣੀ ਦਿਖਾਓ ਦੇਖ ਸਕਦੇ ਕਿਤਨਾ ਪਾਣੀ ਹੈ ਪਿਆ ਵੀ ਵਾਰ ਇਹ ਸਾਈਡ ਤੋਂ ਪਿਆ ਅਤੇ ਇਹ ਸਾਈਡ ਤੋਂ ਵਹਿੰਦਾ ਪਿਆ ਪਾਣੀ ਬਸ ਇਹ ਆਸਤੇ ਆਸਤੇ ਹੁਣ ਅਸਾਂ ਮਣੀ ਦੇ ਬਿਲਕੁਲ ਨਾਲ ਆ ਗਏ ਹਾਂ
ਰੇਕਵ ਜੀ ਇਹ ਹੁਣ ਕਿਲਾ ਪੂਰੇ ਸਨ ਤਾਂ ਕਿ ਕਸ਼ਤੀ ਉਰਾਂ ਪਰ ਨਾ ਲੱਗੀ ਵਣੇ ਚੱਲ ਛੇਕ ਛੇਕ ਭਾਈ ਛੇਕ 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 ਚਲੋ ਇਹ ਦੇਖ ਸੁਣ ਦੇ ਪੋਚ ਆਇਆ ਨਾ ਉਹ ਖਿਆਲ ਭਾਈਆ ਡਨ ਹੈ ਮੈਂ ਤਾਂ ਲੈ ਆਇਆ ਤੇ ਹੁਣ ਬਾਕੀ ਚਾਚੂਆਰ ਵੀ ਲਾਉਂਦੇ ਪਏ ਚਾਚੂ ਤਾਂ ਹੀ ਸਮਸੀ ਦੇਖੋ ਜੀ ਵੀ ਵਰਦੇ ਮੋਟਰਸਾਈਕਲ ਹੁਣ ਕਸ਼ਤੀ ਤੋਂ ਲੈਂਦੇ ਪੈਣ ਚੈੱਕ ਕਰੋ ਜੀ ਕਿਆ ਖੂਬਸੂਰਤ ਮਾਹੌਲ ਹੈ ਇੱਥੋਂ ਦਾ ਪਾਸ ਭਾਈ ਨਾ ਤੇ ਦੇਖ ਲਓ ਹੁਣ ਭਾਈ ਤਾਂ ਨਾ ਮੋਟਰਸਾਈਕਲ ਹੁਣ ਪਿੱਛਾ ਮੁੜੇ ਦੇ ਪੈਣ ਮੁੜੇ ਸੈਨ ਦੇ ਵੱਤ ਹੁਣ ਪਿੱਛਾ ਚੱਲਦੇ ਆ ਪੁੱਲ ਦੇ ਉਹ ਤਾਂ ਪੁੱਲ ਹੀ ਕਹਿੰਦੇ ਆ ਵੀ ਪਰ ਇਹ ਨਾ ਇਹ ਤਾਂ ਪਈ ਨਾ ਪੁੱਲ ਜਿੱਥੇ ਟ੍ਰੈਫਿਕ ਰਵਾਂ ਦਮੇ ਪਈ ਨਾ ਤੇ ਤੁਹਾਨੂੰ ਅਗਲੀ ਜਿਹੜੀ ਪੁੱਲ ਨਜ਼ਰਾਂ ਦੀ ਪਈ ਉਹ ਇਹ ਦੇਖ ਲਓ ਲੂਹੇ ਵਾਲੀ ਇੱਥੇ ਪਟੜੀ ਹੈ ਭਾਈ ਇੱਥੇ ਟ੍ਰੇਨ ਆ ਜੀ ਆਉਣ ਵਾਲੀ ਹੈ ਮੈਂ ਸ਼ਾਇਦ ਆਤਾ ਮਜ਼ਾ ਤੋਂ ਬਾਹਰ ਹੋਵੇ ਸੀ ਚਲੋ ਇਹ ਦੇਖ ਲੈਂਦੇ ਵੀ ਵਾਰ ਦੇਣਾ ਭਗਾ ਦੇਣ ਪਿਆ ਹੁਣ ਬਾਸ ਭਾਈ ਹੋਰੀ ਮੋਟਰਸਾਈਕਲ ਚਲਾਈ ਬੈਠੇ ਬਾਹਰ ਚੱਲਦੇ ਪਏ ਉੱਥੇ ਫਿਰ ਪੁੱਲ ਇਹ ਪੁੱਲ ਦੇ ਉੱਤੇ ਉੱਤੇ ਚੱਲਦੇ ਤੁਹਾਨੂੰ ਮਜ਼ਾ ਦਿਖਾਉਣਾ ਵੀ ਵਰਤ ਹੁਣ ਪੈ ਰੇਤ ਦੇ ਵੱਡੇ ਵੱਡੇ ਇੱਥੇ ਟੀਲੇ ਪੈ ਕਿਲੇ ਸਿਲਾ ਮਾਨਦੇ ਨਾ ਇਸ ਜਗ੍ਹਾ ਤੱਕ ਵੀ ਵਿਵਰਸ ਪਾਣੀ ਪਹੁੰਚ ਮੈਂ ਹੁਣ ਇਹਦੇ ਅੱਬਾਸ ਭਾਈ ਹੋਰੀ ਮੋਟਰਸਾਈਕਲ ਕਿਵੇਂ ਚੜਾਇਆ ਤੈਨੂੰ ਚੜਾ ਚੜਾ ਯਾਰ ਚਲੋ ਵੀ ਵਾਰ ਹੁਣ ਪੁੱਲ ਦੇ ਸਮੈਂ ਦੇ ਪਏ ਕਿਵੇਂ ਮਜ਼ਾ ਆਉਂਦਾ ਪਿਆ ਕਿ ਨਹੀਂ ਆਉਂਦਾ ਪਿਆ ਬਿਲਕੁਲ ਯਾਰ ਬਹੁਤ ਖਤਰਨਾਕ ਰਸਤਾ ਵੀ ਤਾਂ ਖਰਾਬ ਹੈ ਪਿਆ ਨਾ ਵੀ ਵਾਰ ਤਾਂ ਇਹ ਹੈ ਨਾ ਮੁਲਤਾਨ ਮੁਜ਼ਫਰ ਗੜ੍ਹ ਰੋਡ ਹੈ ਪਿਆ ਇਹ ਦੇਖੋ ਹਿਮਾਚਲ ਰਮਾ ਦਮਾ ਪਿਆ ਹੁਣ ਰੋਡ 'ਤੇ ਪਹੁੰਚਦੇ ਹਾਂ ਚਾਚੇ ਹੋਰੀ ਵੀ ਘੁੰਮਿਆ ਦੇ ਪੈਣ ਇਹ ਸਾਰੇ ਵੀ ਵਾਰ ਦੇਣ ਪਹਿਚਾਉਣ ਵਾਲੇ ਫਿਰ ਇਹ ਹੁਣ ਤਾਂ ਪੁੱਲ ਦੇ ਉੱਤੇ ਪਹੁੰਚਣ ਵਾਲੇ ਵਾਰ ਦੇ ਪੁੱਲ ਦੇ ਪਹੁੰਚ ਆਏ ਨਾ ਮੁਲਤਾਨ ਦਾ ਪਿਆ ਰੋਡ ਹੈ ਇਸ ਤਰ੍ਹਾਂ ਮੁਲਤਾਨ ਹੀ ਪਿਆ ਦੇ ਇਸ ਤਰ੍ਹਾਂ ਪਾਸ ਭਾਈ ਤਾਂ ਮੈਂ ਹੁਣ ਤਾਂ ਵਾਪਸ ਪਹੁੰਚ ਗਿਆ ਉੱਥੇ ਪੁੱਲ ਦੇ ਉੱਤੇ ਅਤੇ ਮਾਸ਼ਾਅੱਲਾ ਬਹੁਤ ਖੂਬਸੂਰਤ ਇੱਥੋਂ ਦਾ ਮਾਹੌਲ ਹੈ ਅਤੇ ਉਮੀਦ ਕਰਨਾ ਜਿਹੜਾ ਅੱਜ ਦਾ ਵਲੋਗ ਹੈ ਉਹ ਤੁਹਾਨੂੰ ਅੱਛਾ ਲੱਗਾ ਸੀ ਅਗਰ ਸਾਡਾ ਅੱਜ ਦਾ ਵਲੋਗ ਤੁਹਾਨੂੰ ਅੱਛਾ ਲੱਗਿਆ ਸਾਰੇ ਵਲੋਗ ਨੂੰ ਲਾਈਕ ਕਮੈਂਟ ਸਾਰੇ ਯੂਟਿਊਬ ਚੈਨਲ ਡਾਕਟਰ ਬਰਾਦਰ ਵਲੋਗ ਨੂੰ ਜ਼ਰੂਰ ਸਬਸਕ੍ਰਾਈਬ ਕਰ ਸੋ ਅਤੇ ਇਨਸ਼ਾਅੱਲਾ ਮਿਲ ਸੋ ਨੈਕਸਟ ਮਜ਼ੇਦਾਰ ਵਲੋਗ ਆਪਣਾ ਖਿਆਲ ਰੱਖਿਆ ਅੱਲਾ ਹਾਫਿਜ਼।